ਹੀ ਆ। ਇੱਕ ਕਹਿੰਦਾ ਮੇਰੇ ਵਾਲੇ ਪਾਸੇ ਆ ਜਾ ਮੈਂ ਤੈਨੂੰ ਰੱਬ ਦਿਖਾ ਦਿੰਦਾ, ਦੂਜਾ ਕਹਿੰਦਾ ਮੇਰੇ ਦਰਬਾਰ ਜਾ ਮੈਂ ਤੈਨੂੰ ਰੱਬ ਦਿਖਾ ਦਿੰਦਾ, ਤੀਜਾ ਕਹਿੰਦਾ ਆਪਣੀ ਆਪਣੀ ਜਗ੍ਹਾ ਤੇ ਲੱਗੇ ਵੇ ਆ। ਸਵਾਲ ਇਹੋ ਜਿਹੀ ਪੁੱਛਦੇ ਆ ਜੋ ਕਹਿੰਦਾ ਯਾਰ ਤੂੰ ਜਾ ਕੇ ਬਾਬਿਆਂ ਦੇ ਡੇਰੇ ਦੇ ਵਿੱਚ ਜੈ ਮਸਤਾਂ ਦੀ ਸਾਡੇ ਸਰਦਾਰਾਂ ਨੂੰ ਕਰਵਾਉਣ ਲੱਗਦਾ, ਮੈਂ ਕਿਹਾ ਮੈਂ ਨਹੀਂ ਕਰਵਾਉਂਦਾ, ਕਰਵਾਉਣ ਵਾਲਾ ਮਾਲਕ ਹੈ ਬਾਬਾ ਜੀ, ਜਦੋਂ ਉਹਦੇ ਹੁਕਮ ਦੇ ਬਿਨਾਂ ਕੋਈ ਪੱਤਾ ਹੀ ਨਹੀਂ ਹਿਲਦਾ ਤੇ ਕੌਣ ਕਿਸੇ ਨੂੰ ਲਿਜਾ ਸਕਦਾ ਖਿੱਚ ਕੇ ਬਾਬਾ ਜੀ। ਮੈਂ ਕਿਹਾ ਭਾਈ ਘਨੱਈਆ ਬਣਨਾ ਪੈਣਾ ਤਾਂ ਜਾ ਕੇ ਸਾਰਿਆਂ ਚੋਂ ਨਜ਼ਰ ਆਊਗਾ ਗੁਰੂ। ਦਰਵਾਜ਼ੇ ਉਹਨੇ ਚਾਰ ਇਸੇ ਕਰਕੇ ਰੱਖੇ, ਰਾਤ ਵੀ ਚਾਰ ਦਰਵਾਜ਼ਿਆਂ ਦੀ ਗੱਲ ਹੋਈ ਹੈ ਕਿ ਚਾਰ ਦਰਵਾਜ਼ੇ ਰੱਖੇ ਆ, ਜਿਹੜੇ ਪਾਸੇ ਜਿੱਥੋਂ ਦੀ ਆਉਣਾ ਜਿਹੜਾ ਤੇਰਾ ਧਰਮ ਹੈ ਉੱਥੋਂ ਦੀ ਆ ਜਾ, ਸਾਰਿਆਂ ਵਾਸਤੇ ਖੁੱਲੇ ਰੱਖੇ ਨੇ ਬੂਹੇ। ਉਦੋਂ ਬੂਹੇ ਇਸ਼ਕ ਦਰਬਾਰ ਦੇ ਸਦਾ ਖੁੱਲੇ, ਕਦੇ ਆਸ਼ਕਾਂ ਨੂੰ ਨਾ ਹੀ ਮੋੜ ਹੀਰੇ, ਹੀਰਾਂ ਵਿੱਚ ਜਹਾਨ ਦੇ ਲੱਖ ਹੁਸਨ ਤੇ ਰਾਂਝਿਆਂ ਦੀ ਨਾ ਹੀ ਥੋੜ ਹੀਰੇ, ਕਰਕੇ ਕੌਲ ਜ਼ਬਾਨ ਥੀ ਹਾਰੇ ਹੋਈ ਤਾਰ ਇਸ਼ਕ ਦੀ ਦਿਲੋਂ ਨਾ ਤੋੜ ਹੀਰੇ, ਵਾਰੇ ਸ਼ਾਹ ਤੇਰੇ ਸਾਡੇ ਹਸ਼ਰ ਮੇਲੇ ਅੰਤ ਰੂਹਾਂ ਤੇ ਕਾਲਬਾਂ ਜੋੜ ਹੀਰੇ। ਇਹ ਰੂਹ ਕਲਬੂਤ ਦੇ ਮੇਲ ਨੇ ਬਾਬਾ ਜੀ, ਸਾਰੇ ਸੱਚੇ ਦਰਬਾਰ ਨੇ, ਜਿੱਥੇ ਮੱਥਾ ਟੇਕੋਗੇ ਉੱਥੇ ਹੀ ਨਜ਼ਰ ਆਉਂਦਾ, ਜੇ ਯਕੀਨ ਨਹੀਂ ਹੈ ਤਾਂ ਕੁਛ ਨਹੀਂ ਹੈ, ਫਿਰ ਤਾਂ ਬੀਣ ਨਹੀਂ ਨਜ਼ਰ ਆਉਂਦੀ। ਕਿਉਂ ਸੰਤੋ ਬੋਲਦਾ ਵੀ ਉਹੀ ਹੈ, ਬੁਲਾਉਂਦਾ ਵੀ ਉਹੀ ਹੈ, ਨਚਾਉਂਦਾ ਵੀ ਉਹੀ ਹੈ, ਗਵਾਉਂਦਾ ਵੀ ਉਹੀ ਹੈ, ਅਸੀਂ ਤੇ ਸਿਰਫ ਬਹਾਨੇ ਹਾਂ ਬਾਬਾ ਜੀ। ਘੁੰਗਰੂ ਕਿਸੇ ਬੰਦੇ ਦੇ ਵੀ ਬਣਾ ਦਿਓ, ਇਹ ਲਿਬਾਸ ਹੋਰ ਕਿਸੇ ਦੇ ਵੀ ਪਹਿਨਾ ਲਿਓ, ਜਦੋਂ ਉਹਦੀ ਮਰਜ਼ੀ ਹੋਈ ਉਦੋਂ ਹੀ ਗਾਉਣਾ, ਚੰਗੀ ਚੰਗੀ ਥਾਵਾਂ ਤੇ ਚੰਗੇ ਚੰਗੇ ਇਕੱਠ ਦੇ ਵਿੱਚ ਕਈ ਵਾਰੀ ਨਹੀਂ ਗਾਉਣ ਦਿੰਦਾ ਉਹ, ਕਹਿੰਦਾ ਚਲੋ ਚਲੀਏ ਇੱਥੇ ਨਹੀਂ ਆਪਣਾ ਕੰਮ, ਜਾਂ ਮੀਂਹ ਪਾ ਦੇਗਾ ਜਾਂ ਕੁਛ ਕਰ ਦੇਗਾ। ਕਈ ਵਾਰੀ ਚਲਦੇ ਚਲਦੇ ਐਸੇ ਪ੍ਰੋਗਰਾਮ ਦੇ ਵਿੱਚ ਐਸਾ ਮੀਂਹ ਪੈ ਰਿਹਾ ਹੁੰਦਾ, ਜਦੋਂ ਸਟੇਜ ਤੇ ਚੜ੍ਹੀ ਦਾ ਮੀਂਹ ਹਟ ਜਾਂਦਾ, ਜਦੋਂ ਸਟੇਜ ਤੇ ਉਤਰੀ ਦਾ ਫੇਰ ਮੀਂਹ ਸ਼ੁਰੂ ਹੋ ਜਾਂਦਾ, ਹੁਣ ਕੀ ਕਰੀਏ। ਜੇ ਮੰਨੀਏ ਤਾਂ ਹੈਗਾ, ਮਾਨੋ ਤੋਂ ਮੈਂ ਗੰਗਾ ਮਾਂ ਹੂੰ, ਨਾ ਮਾਨੋ ਤੋਂ ਬਹਿਤਾ ਪਾਣੀ, ਮਾਨੋ ਤੋਂ ਮੈਂ ਗੰਗਾ ਮਾਂ ਹੂੰ, ਨਾ ਮਾਨੋ ਤੋਂ ਬਹਿਤਾ ਪਾਣੀ।